अजीत दे चंडीगढ़ ऑफिस अज पुजे ने प्रतिभावान निर्देशक अमतोज मान जी। असी इन्हां नाल इन्हां दे फिल्मी सफर बारे ते इन्हां दी आ रही फिल्म बारे गल करना चाहांगे। अमतोज जी धन्नवाद तुहाडा इत्थे आउण ते। ते पहले ते ये दसो कि हवाएं तो बाद ਤੁਸੀਂ ਆਪਣੇ ਆਪ ਨੂੰ ਹੁਣ ਕਿੱਥੇ ਸਟੈਂਡ ਕਰ ਰਹੇ ਹੋ? ਅਗਰ ਸਿੰਘਾ ਜੀ, ਜਿਵੇਂ ਪਹਿਲਾ ਸਟੈਪ ਬੜਾ ਔਖਾ ਹੁੰਦਾ ਔਰ ਉਹ ਸਹੀ ਪੈਣਾ ਵੀ ਬਹੁਤ ਜ਼ਰੂਰੀ ਹੁੰਦਾ, ਉਹ ਹਵਾਈ ਸੀ। ਔਰ ਤੁਸੀਂ ਕਹਿ ਲਓ ਕਿ ਤਾਂ ਜ਼ਿੰਦਗੀ ਜਿਹਦੇ 'ਤੇ ਮੈਨੂੰ ਪ੍ਰਾਊਡ ਰਹੂਗਾ ਕਿ ਮੈਂ ਉਹ ਫਿਲਮ ਬਣਾਈ, ਔਰ ਤੁਸੀਂ ਅੱਗੋਂ ਉਹਦੀ ਉਹਨੂੰ ਐਕਸੈਪਟ ਵੀ ਉਵੇਂ ਹੀ ਕੀਤਾ ਸਾਰੇ ਲੋਕਾਂ ਨੇ ਖਾਸ ਕਰ। ਔਰ ਫਿਰ ਮੁਸ਼ਕਲ ਹੁੰਦਾ ਜੇ ਤੁਹਾਡਾ ਪਹਿਲਾ ਸਟੈਪ ਬੜਾ ਸੋਲਿਡ ਅਤੇ ਵਧੀਆ ਹੋਵੇ ਉਹਨੂੰ ਅੱਗੇ ਬਰਕਰਾਰ ਰੱਖਣਾ। ਤਾਂ ਤੁਸੀਂ ਵੇਖ ਲਓ, ਪਹਿਲਾਂ ਜੋ ਸਾਡੇ 'ਤੇ ਬੀਤੀਆਂ ਸੀ ਉਹਦੀ ਫਿਲਮ ਸੀ ਉਹ, ਦੂਸਰੀ ਮੈਂ ਜਦੋਂ ਕਾਫਲਾ ਕੀਤੀ ਜਿਹ 'ਚ ਸੰਨੀ ਵੀ ਸੀ ਉਹ ਇਲੀਗਲ ਇਮੀਗ੍ਰੇਸ਼ਨ ਦਾ ਸੀ। ਅਗਲੀ ਹਾਨੀ ਆਈ ਤਾਂ ਸਾਡੇ ਜੋ ਬੀਤਿਆ ਹੋਇਆ ਪੰਜਾਬ ਅਤੇ ਅੱਜ ਦੇ ਪੰਜਾਬ ਦੇ ਰੀਅਲ ਕਰੈਕਟਰ ਨੇ ਉਹ ਸੀ, ਹੁਣ ਵੀ ਆ ਉਹੀ ਗੱਲ ਹੈ ਗਦਾਰ ਦੇ ਵਿੱਚ ਵੀ। ਤਾਂ ਮੈਂ ਕੋਸ਼ਿਸ਼ ਕੀਤੀ ਆਪਣੇ ਆਪ ਨੂੰ ਕਿ ਮੈਂ ਆਪਣੇ ਆਪ ਨੂੰ ਰਿਪੀਟ ਤਾਂ ਨਾ ਕਰਾਂ, ਬਟ ਜਿਹੜਾ ਮੁਕਾਮ ਬਣਾਇਆ ਜਾਂ ਕਹਿ ਲਓ ਇੱਕ ਸਟੇਜ ਜਾਂ ਆਪਦੇ ਲਈ ਇੱਕ ਮੁਕਾਮ ਸੈੱਟ ਕੀਤਾ ਕਿ ਇਦੋਂ ਥੱਲੇ ਨਹੀਂ ਆਉਣਾ, ਕੋਸ਼ਿਸ਼ ਕਰ ਰਿਹਾ ਕਿ ਮੈਂ ਉਹਨੂੰ ਬਰਕਰਾਰ ਰੱਖ ਸਕਾਂ। ਜੋ ਤੁਸੀਂ ਹਵਾਏ ਕੀਤੀ ਅਤੇ ਉਦੋਂ ਬਾਅਦ ਜਿਹੜੀਆਂ ਹੁਣ ਕਈ ਫਿਲਮਾਂ ਆ ਰਹੀਆਂ ਨੇ, ਚਾਹੇ ਪੰਜਾਬ ਦੇ ਦੁਖਾਂਤ ਨੂੰ ਲੈ ਕੇ, 1984 ਨੂੰ ਲੈ ਕੇ, ਕਈ ਤਰ੍ਹਾਂ ਦਾ ਉਹੀ ਵਿਸ਼ੇ ਨੂੰ ਲੈ ਕੇ ਆ ਰਹੇ ਨੇ, ਪਰ ਲੱਗਦਾ ਨਹੀਂ ਤੁਹਾਨੂੰ ਕਿ ਇਸ ਟਾਈਮ 'ਤੇ ਉਹਨਾਂ ਨੂੰ ਕੋਈ ਲੋਕਾਂ ਦੀ ਭਾਵਨਾ ਨੂੰ ਕੈਸ਼ ਕਰਨ ਦਾ ਯਤਨ ਕੀਤਾ ਜਾ ਰਿਹਾ? ਤੁਸੀਂ ਕਹਿ ਵੀ ਸਕਦੇ ਹੋ, ਨਹੀਂ ਵੀ ਕਹਿ ਸਕਦੇ, ਸ਼ਾਇਦ ਉਹ ਵਿਚਾਰਿਆਂ ਨੇ ਫੀਲ ਕਰਕੇ ਬਣਾਈ ਹੋਵੇ, ਇਹ ਤਾਂ ਉਹ ਬਿਹਤਰ ਦੱਸ ਸਕਦੇ ਨੇ। ਬਟ ਮੈਨੂੰ ਪਿੱਛੇ ਜੇ ਕਿਸੇ ਨੇ ਗੱਲ ਕੀਤੀ ਸੀ ਕਿ ਜੀ ਤੁਸੀਂ ਵੀ ਬਣਾਈ ਸੀ, ਮੈਂ ਕਿਹਾ ਯਾਰ ਮੈਂ ਉਦੋਂ ਬਣਾਈ ਸੀ ਜਦੋਂ ਕਿਸੇ ਨੇ ਇਹਦਾ ਹਿਆ ਹੀ ਨਹੀਂ ਕੀਤਾ ਸੀ ਗੱਲ ਕਰਨ ਦਾ, ਔਰ ਜਦੋਂ ਇਹ ਕੈਸ਼ ਨਹੀਂ ਬੈਨ ਹੁੰਦੀਆਂ ਸੀ ਫਿਲਮਾਂ। ਔਰ ਮੇਰੀ ਫਿਲਮ ਇੱਕ ਥਾਂ 'ਤੇ ਨਹੀਂ, ਬੰਬੇ ਹਾਈਕੋਰਟ 'ਚ ਕੇਸ ਹੋਇਆ ਜੀ, ਫਿਲਮ ਡਿਲੇ ਹੋਈ, ਜੰਮੂ 'ਚ ਬੈਨ ਹੋਈ, ਅੰਮ੍ਰਿਤਸਰ 'ਚ ਉਤਾਰੀ ਗਈ, ਲੁਧਿਆਣੇ ਉਤਾਰੀ ਗਈ, ਬਹੁਤ ਥਾਵਾਂ 'ਤੇ ਸੋਸ਼ਲੀ ਬਾਈਕਾਟ ਕੀਤਾ ਗਿਆ ਹਿੰਦੁਸਤਾਨ ਦੇ ਪਾਰਟਸ ਦੇ ਵਿੱਚ ਕਿ ਨਹੀਂ ਜੀ ਇਹ ਤਾਂ ਐਂਟੀ ਹਿੰਦੂ ਜਾਂ ਪਤਾ ਨਹੀਂ ਕੀ ਐਂਟੀ ਇਸਟੈਬਲਿਸ਼ਮੈਂਟ ਫਿਲਮ ਹੈ। ਜੇ ਤੁਸੀਂ ਅਜਿਹਾ ਸਰ, ਤੁਸੀਂ ਖੁਦ ਇਸ ਲਾਈਨ 'ਚ ਬੜੇ ਚਿਰ ਤੋਂ ਹੋ, ਨੇਕ ਨੀਤੀ ਨਾਲ ਕੰਮ ਕਰਦੇ ਹੋ ਨਾ, ਔਰ ਅਗਰ ਉਸ ਇਤਿਹਾਸ ਦੇ ਉਹਨਾਂ ਪੰਨਿਆਂ ਨਾਲ, ਉਹਨਾਂ ਲੋਕਾਂ ਨਾਲ, ਉਹਨਾਂ ਘਟਨਾਵਾਂ ਨਾਲ ਅਤੇ ਉਸ ਖਿੱਤੇ ਨਾਲ ਇਨਸਾਫ ਨਹੀਂ ਕਰ ਸਕਦੇ ਤਾਂ ਪਲੀਜ਼ ਫਿਲਮ ਨਾ ਬਣਾਓ ਉਹੋ ਜਿਹੀ। ਜੇ ਤੁਸੀਂ ਬਣਾਈ ਹੈ, ਜੇ ਤੁਸੀਂ ਇਨਸਾਫ ਕਰ ਰਹੇ ਹੋ ਫਿਰ ਬਣਾਓ, ਚਾਹੇ ਉਹ ਕੈਸ਼ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਹੈ, ਇਮਾਨਦਾਰੀ ਨਾਲ ਬਣਾਓ, ਉਹਨਾਂ ਕਰੈਕਟਰਾਂ ਨੂੰ ਉਵੇਂ ਦਿਖਾਓ ਜਿਵੇਂ ਉਹ ਸੀਗੇ। ਪਰ ਦਿਖਾਏ ਨਹੀਂ ਨਾ ਜਾ ਰਹੇ, ਦੁੱਖ ਇਸ ਦੀ ਗੱਲ ਹੈ। ਫਿਰ ਤਾਂ ਦੁੱਖ ਦੀ ਗੱਲ ਹੈ, ਮੈਂ ਹਜੇ ਦੇਖੀ ਨਹੀਂ ਆਹ ਫਿਲਮ ਜੋ ਹੁਣ ਆਈ ਹੈ, ਬਲਕਿ ਮੈਂ ਉਹਨੂੰ ਉਹਦੇ ਪਾਤਰ ਨੂੰ ਆਪਣਾ ਐਕਟਰ ਨੂੰ ਦਿਲਜੀਤ ਨੂੰ ਖੁਦ ਕਿਹਾ, ਮੇਰੀ ਉਹਦੇ ਨਾਲ ਗੱਲ ਹੋਈ ਇੱਕ ਦੋ ਵਾਰੀ, ਮੈਂ ਕਿਹਾ ਯਾਰ ਮੈਂ ਦੇਖੂੰਗਾ ਫਿਲਮ, ਮੈਂ ਦੇਖ ਨਹੀਂ ਸਕਿਆ ਕਿਉਂਕਿ ਮੈਂ ਹੁਣ ਆਇਆ, ਸ਼ਾਇਦ ਮੈਂ ਕੱਲ੍ਹ ਦੇਖ ਕੇ ਹੀ ਬੰਬੇ ਜਾਵਾਂ, ਬੰਬੇ ਰਿਲੀਜ਼ ਨਹੀਂ ਹੋਣੀ। ਜਿਵੇਂ ਹੁਣ 1984 ਬੋਲਤਾ, 1984 ਤਾਂ ਬਹੁਤ ਕੁਛ ਵਾਪਰਿਆ ਨਾ। ਨਹੀਂ ਵੈਸੇ ਵੀ 1984 ਕੀ ਹੈ ਜੀ, ਦੋ ਮੇਨ ਗੱਲਾਂ ਨੂੰ ਰੀਪ੍ਰਜੈਂਟ ਕਰਦਾ, ਇੱਕ ਓਪਰੇਸ਼ਨ ਬਲੂ ਸਟਾਰ, ਦੂਸਰਾ ਦਿੱਲੀ ਦਾ ਕਤਲੇਆਮ। ਉਹ ਦੋਨੇ ਚੀਜ਼ਾਂ ਅਗਰ ਫਿਲਮ 'ਚ ਹਨ ਤਾਂ ਸ਼ਾਇਦ ਤੁਸੀਂ 84 ਕਹਿ ਵੀ ਲਵੋ, ਪਰ ਜੇ ਉਹ ਦੋਨੇ ਗੱਲਾਂ ਨਹੀਂ ਗਈਆਂ ਤਾਂ ਫਿਰ 84 ਕਹਿਣਾ ਗਲਤ ਹੈ। ਤੁਸੀਂ ਦਸ਼ਕ ਦੀ ਗੱਲ ਕਰ ਲਓ, ਆਪਣੀ ਫਿਲਮ ਦੇ ਵਿੱਚ ਦੰਗੇ ਸੀ, ਦੰਗੇ ਨਹੀਂ ਬਲਕਿ ਕਤਲੇਆਮ ਸੀ, ਔਰ ਇੱਕ ਨਹੀਂ 10 ਮਿੰਟ ਤੱਕ ਸੀ। ਆਪਾਂ ਫਿਲਮ ਦਾ ਨਾਂ ਦੰਗ ਉਹ ਨਹੀਂ ਰੱਖਿਆ ਸੀ, ਆਪਾਂ ਹਵਾਏ ਰੱਖਿਆ ਸੀ। ਕੀ ਹੁੰਦਾ ਕਿ ਠੀਕ ਹੈ, ਨਾਂ ਦੀ ਇੱਕ ਆਪਦੀ ਅਹਿਮੀਅਤ ਹੁੰਦੀ ਹੈ, ਬਟ ਮੈਨੂੰ ਲੱਗਦਾ ਕਦੇ ਕਦੇ ਮੈਂ ਤੁਹਾਡੇ ਨਾਲ ਉਹੀ ਪ੍ਰੋਮਿਸ ਕਰਾਂ ਜੋ ਮੇਰੀ ਫਿਲਮ 'ਚ ਹੈਗਾ। ਨਾਂ ਦੇ ਤੌਰ 'ਤੇ ਕੁਛ ਅਜਿਹੀ ਕਮਿਟਮੈਂਟ ਨਾ ਕਰਾਂ ਕਿ ਮੇਰੀ ਫਿਲਮ ਕੁਛ ਹੋਰ ਹੈ, ਨਾ ਕੁਛ ਹੋਰ ਹੈ, ਜੋ ਸ਼ਾਇਦ ਤੁਹਾਨੂੰ ਗਿਲਾ ਹੋਊਗਾ ਵੀ ਫਿਲਮ ਮੈਂ ਅੱਜ ਵੇਖੀ ਨਹੀਂ ਇਸ ਲਈ ਮੈਂ ਕੁਛ ਜ਼ਿਆਦਾ ਨਹੀਂ ਕਹਿ ਸਕਦਾ। ਬਟ ਇੱਕ ਗੱਲ ਦੀ ਮੈਨੂੰ ਖੁਸ਼ੀ ਹੈ ਔਜਲਾ ਸਾਹਿਬ, ਕਿ ਫਿਲਮਾਂ ਤਾਂ ਬਣਨ ਲੱਗੀਆਂ, ਕੁਛ ਡਿਫਰੈਂਟ ਕਾਇੰਡ ਆਫ ਅਪਰੋਚ ਤਾਂ ਮੇਕਰਾਂ 'ਚ ਆਏ, ਨਹੀਂ ਤਾਂ ਅਸੀਂ ਉਹੀ ਇੱਕ ਅਜੀਬ ਜਿਹੀਆਂ ਸਕਿੱਟਾਂ ਕਰ ਕਰਕੇ ਫਿਲਮਾਂ ਦੇ ਰੂਪ 'ਚ ਪੇਸ਼ ਕਰਕੇ ਲੋਕਾਂ ਸਾਹਮਣੇ ਰੱਖੀ ਜਾ ਰਹੇ ਸੀ। ਖਾਸ ਕਰਕੇ ਪਿਛਲੇ ਵਾਰੇ ਬਹੁਤ ਸਾਰੇ ਪੰਜਾਬੀ ਫਿਲਮਾਂ ਇਸ ਤਰ੍ਹਾਂ ਦੀਆਂ ਆਈਆਂ ਕਿ ਉਹ ਉਹਨਾਂ ਨੂੰ ਬੁਰੀ ਤਰ੍ਹਾਂ ਮਾਰ ਦਾ ਸਾਹਮਣਾ ਕਰਨਾ ਪਿਆ, ਦਰਸ਼ਕਾਂ ਨੇ ਬਿਲਕੁਲ ਉਹਨਾਂ ਨੂੰ ਪਸੰਦ ਨਹੀਂ ਕੀਤਾ, ਭਾਵੇਂ ਨਿਰਮਾਤਾ ਨੇ ਜਾਂ ਨਿਰਦੇਸ਼ਕਾਂ ਨੇ ਕਿਹਾ ਸਾਡੀ ਫਿਲਮ ਇਹ ਹੋ ਗਈ, ਸਾਡੀ ਫਿਲਮ ਦਾ ਆਹ ਹੋ ਗਿਆ, ਪਰ ਕਿਤੇ ਵੀ ਨਾ ਤਾਂ ਕਿਤੇ ਕੋਈ ਉਹਨਾਂ 'ਚ ਕੋਈ ਵਿਸ਼ੇ ਦੀ ਗੱਲ ਲੱਗੀ, ਨਾ ਸਿਚੁਏਸ਼ਨ ਕਮੇਡੀ ਲੱਗੀ, ਅਤੇ ਅਜਿਹਾ ਕਿਉਂ ਪਰੋਸਿਆ ਜਾ ਰਿਹਾ? ਮੈਂ ਤਾਂ ਇਸ ਤੋਂ ਅਗਲੀ ਗੱਲ ਕਹੂੰਗਾ ਅਜਲਾ ਸਾਹਿਬ, ਜਿਹੜੀ ਤੁਸੀਂ ਕਹੀ ਹੈ, ਹੁਣ ਤੁਸੀਂ ਪੇਪਰ 'ਚ ਅਜੀਤ ਦੀ ਇੱਕ ਕ੍ਰੈਡੀਬਿਲਿਟੀ ਹੈ, ਤੁਸੀਂ ਲਿਖਦੇ ਹੋ,
ਅਸ ਮੈਂ ਨਾ ਥੀਏਟਰ ਕਰਦਾ ਸੀ, ਥੀਏਟਰ ਦੇ ਵਿੱਚ ਅਸੀਂ ਕਈ ਵਾਰੀ ਹੱਸਦੇ ਹੁੰਦੇ ਸੀ ਕਿ ਗੈਲਰੀ ਲਈ ਪਲੇ, ਜੇ ਤੁਸੀਂ ਸਟੇਜ 'ਤੇ ਖੜ੍ਹੇ ਹੋ ਕੇ ਅਜੀਬੋ ਗਰੀਬ ਕਿਸਮ ਦੀਆਂ ਹਰਕਤਾਂ ਕਰੋ, ਕੱਪੜੇ ਲਾਉਣ ਲੱਗ ਜਾਓ, ਲੋਕ ਕਿਰਾ ਤਾਂ ਹੱਸ ਪੈਣਗੇ, ਬਟ ਕੀ ਉਹ ਸਹੀ ਹੈ? ਜੇ ਚਾਰ ਲੋਕ ਮੰਨ ਲਓ ਵੇਖਣ ਆ ਵੀ ਰਹੇ ਨੇ ਤਾਂ ਅਸੀਂ ਕੁਛ ਵੀ ਬੇਹੁਦਾ ਬਕਵਾਸ ਪਰੋਸੀ ਜਾਈਏ, ਕੀ ਇਹ ਸਹੀ ਹੈ? ਸਾਨੂੰ ਆਪ ਨੂੰ ਨਜ਼ਰ ਨਹੀਂ ਆ ਰਿਹਾ ਅਸੀਂ ਕੀ ਬਣਾ ਰਹੇ? ਫਿਲਮ ਨੂੰ ਫਿਲਮ ਵਾਂਗੂ ਬਣਾਓ। ਸਾਡੇ ਮੈਂ ਜਿਵੇਂ ਪਹਿਲਾਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਕਿ ਪੰਜਾਬ ਦੇ ਵਿੱਚ 106 ਬੰਦੇ ਹਿੰਦੁਸਤਾਨ 'ਚ ਫਾਂਸੀ ਲੱਗੇ ਨੇ ਆਜ਼ਾਦੀ ਦੀ ਲੜਾਈ 'ਚ, 95 ਸਾਡੇ ਨੇ। ਕੀ ਸਾਡੀ ਪਹਿਚਾਣ ਸਿਰਫ ਅਜੀਬ ਜਿਹੇ ਕਿਸਮ ਦੀਆਂ ਡਬਲ ਮੀਨਿੰਗ ਡਾਇਲੋਗ 'ਚ ਹੀ ਰਹਿ ਗਈ ਹੈ? ਕਿ ਸਾਡੀ ਬੱਲੇ ਬੱਲੇ ਹੀ ਅਸੀਂ ਪੰਜਾਬੀ? ਅਸੀਂ ਤਾਂ ਸਭ ਤੋਂ ਜ਼ਿਆਦਾ ਇਮੋਸ਼ਨਲ ਲੋਕ ਆ ਯਾਰ, ਇਮੋਸ਼ਨਲ ਹੁੰਦੇ ਹੋ ਤਾਂ ਮਰਦੇ ਹੋ। ਕਿਹੜੇ ਕਹਾਣੀ ਬਣਾ ਰਹੇ ਅਸੀਂ ਇਹੋ ਜਿਹੇ? ਕਿਹੜੇ ਅਸੀਂ ਕਰੈਕਟਰਾਂ ਨੂੰ ਰੀਪ੍ਰਜੈਂਟ ਕਰਕੇ ਸਿਨੇਮੇ 'ਚ ਵਿਖਾ ਰਹੇ ਹਾਂ? ਦੁਨੀਆ ਵੇਖੇ ਪੰਜਾਬੀ ਸਿਨੇਮਾ ਔਰ ਕਹਿਣ ਯਾਰ ਆਹ ਪੰਜਾਬੀ ਨੇ, ਜਦਕਿ ਹੁਣ ਪੰਜਾਬੀ ਕੁਛ ਹੋਰ ਰੂਪ 'ਚ ਦਿਖਾਇਆ ਜਾ ਰਿਹਾ। ਜੱਟਾਂ ਦਾ ਮਜ਼ਾਕ ਬਣਾਤਾ ਤੁਸੀਂ? ਜੱਟ ਤਾਂ ਕਰਜਾਈ ਬੈਠੇ ਨੇ, ਜੱਟ ਤਾਂ ਜਿਹੜਾ ਹੈਗਾ ਉਹਨਾਂ ਦੇ ਹੱਥਾਂ 'ਚ ਬਦੂਕ। ਜੱਟ ਕਿਉਂ ਸੀ ਜੀ? ਜੱਟ 'ਤੇ ਫਖਰ ਕਿਉਂ ਹੋਇਆ? ਦਸਾਂ ਨੌਵਾਂ ਦੀ ਕਿਰਤ ਕਰਦਾ ਸੀ, ਬੇਈਮਾਨੀ ਸ਼ਾਮਲ ਨਹੀਂ ਸੀ, ਨਿਡਰ ਸੀ, ਦਿਲ ਨਾਲ ਜੁੜਿਆ ਸੀ ਬੰਦਿਆਂ ਨਾਲ। ਕੀ ਉਹ ਕਰੈਕਟਰ ਵਿਖਾਇਆ ਜਾ ਰਿਹਾ? ਅੱਜ ਅਸੀਂ ਫਿਲਮ ਵੇਖਣੇ ਦੀ ਲਾਸਟ ਸਮੁਰਾਈ, ਟੌਮ ਕਰੂਜ਼ ਦੀ ਫਿਲਮ ਆਈ ਸੀ। ਵੀ ਨੋ ਕਿ ਫਿਲਮਾਂ ਤੋਂ ਪਤਾ ਲੱਗਦਾ, ਅੱਛਾ ਜੈਪਨੀਜ਼ ਦੇ ਵਿੱਚ ਇੱਕ ਕੌਮ ਹੈ ਜਿਹਨੂੰ ਸਮੁਰਾਈ ਕਿਹਾ ਜਾਂਦਾ, ਜਿਹੜੇ ਬੜੇ ਬਹਾਦਰ ਸੀ। ਉਹ ਸਾਡੇ ਤਾਂ ਉਸ ਤੋਂ ਜ਼ਿਆਦਾ ਨਹੀਂ। ਅਸੀਂ ਵਿਖਾ ਕੀ ਰਹੇ ਹਾਂ? ਜੱਟਾਂ ਨੂੰ ਸ਼ਰਾਬ ਪੀਂਦਾ ਹੈ ਜੀ, ਉਹ ਕੁੜੀਆਂ ਪਿੱਛੇ ਗੇੜੇ ਲਾਉਂਦਾ ਜੀ ਜੀਪਾਂ 'ਤੇ, ਹੈ ਜਾਂ ਉਹ ਬੇਹੁਦਾ ਜਿਹੇ ਡਾਇਲੋਗ ਬੋਲਦਾ, ਇਹ ਜੱਟ ਹੈ। ਆਹਾਨੀ 'ਚ ਮੈਂ ਆਹੀ ਕੋਸ਼ਿਸ਼ ਕੀਤੀ, ਮੈਂ ਕਿਹਾ ਭਲਾ ਪਿਆਰ ਕਰੇ, ਪਿਆਰ ਦਾ ਇੱਕ ਵੇ ਹੈ ਜੱਟ ਦਾ, ਉਹ ਅੱਜ ਦਾ ਜਾਂ ਕੱਲ੍ਹ ਦੇ ਦਾ, ਉਹ ਕਰੈਕਟਰ ਨੂੰ ਚਿੱਤਰੋ ਤਾਂ ਸਹੀ। ਔਰ ਮੇਰੀ ਤੁਹਾਡੀ ਜੋ ਅਸੀਂ ਲੋਕ ਹੈ, ਜੋ ਅਸੀਂ ਲੋਕਾਂ ਨੂੰ ਲਿਖ ਕੇ ਜਾਂ ਬਣਾ ਕੇ ਵਿਖਾਉਣੇ, ਸਾਡੀ ਜ਼ਿੰਮੇਦਾਰੀ ਬਣਦੀ ਹੈ ਕਿ ਅਸੀਂ ਸਹੀ ਤਸਵੀਰ ਇਹਨਾਂ ਸਾਹਮਣੇ ਰੱਖੀਏ ਔਰ ਉਹਨਾਂ ਲੋਕਾਂ ਦੀ ਆਦਤ ਬਣਾਈਏ ਕਿ ਯਾਰ ਆਹ ਸੀਗੇ ਜਾਂ ਆਹ ਅਸੀਂ ਹੈਗੇ ਹਾਂ, ਅਸੀਂ ਕੁਛ ਹੋਰ ਹੀ ਬਣਾਈ ਜਾਂਦੇ। ਤੋਂ ਜੇ ਮੰਨਿਆ ਵੀ ਜਾਂਦਾ ਵੀ ਦੁਨੀਆਂ 'ਚ ਉਹੀ ਕੌਮ ਅੱਗੇ ਵਧਦੀਆਂ ਜਿਨ੍ਹਾਂ ਨੇ ਆਪਣੀ ਸਭਿਅਤਾ ਨਹੀਂ ਛੱਡੀ। ਬਿਲਕੁਲ, ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਉਹਦੀ ਜ਼ੁਬਾਨ ਉਹ ਤੋਂ ਖੋਲੋ, ਕੌਮ ਖਤਮ ਹੋ ਚੁੱਕੀ ਔਰ ਜ਼ੁਬਾਨ ਦੇ ਵਿੱਚ ਹੀ ਸਾਡੀਆਂ ਸਾਰੀਆਂ ਗੱਲਾਂ ਨੇ। ਹੁਣ ਜਿਵੇਂ ਆ ਗੱਦਾਰ ਹੈ, ਗੱਦਾਰ ਨਹੀਂ ਆਪਾਂ ਪੰਜਾਬੀ 'ਚ ਕਹਿ ਦਿੰਦੇ ਗੱਦਾਰ, ਅਸੀਂ ਇਹ ਸਾਡਾ ਵੇ ਹੈ, ਇਹ ਸ਼ਬਦ ਹੈ ਜਿਹੜਾ ਇਹ ਉਰਦੂ ਜ਼ੁਬਾਨ ਦਾ ਸ਼ਬਦ ਹੈ ਔਰ ਜੇ ਇਹਨੂੰ ਹਿੰਦੀ 'ਚ ਲਿਖਣਾ ਹੋਵੇ ਤਾਂ ਅੱਧਾ ਦਾ ਪਾ ਕੇ ਫਿਰ ਦੱਦੇ ਨੂੰ ਕੰਨਾ ਪਾ ਕੇ ਰਾਰਾ ਲਿਖਾਂਗੇ, ਪਰ ਸਾਡਾ ਇੱਕ ਵੇ ਹੈ ਗੱਦਾਰ ਕਹਿਣ ਦਾ। ਜੇ ਅਸੀਂ ਇਹਨਾਂ ਚੀਜ਼ਾਂ ਨੂੰ ਕਿਵੇਂ ਅਸੀਂ ਪ੍ਰੋਨਾਊਂਸ ਕਰਦੇ ਹਾਂ, ਕਿਵੇਂ ਅਸੀਂ ਬੋਲਦੇ ਹਾਂ, ਅਸੀਂ ਕਿਨਾਰੇ ਅੱਜ ਕਿਸੇ ਨੂੰ ਪੁੱਛ ਕੇ ਵੇਖੋ ਪੱਤਨ ਕਿਹਨੂੰ ਕਹਿੰਦੇ ਆ? ਮੈਂ ਪੱਤਨਾਂ ਦੇ ਭਾਲ ਦੀ ਫਿਲਾਂ ਡੂੰਘੇ ਡੁੱਬ ਗਿਆ ਜਿਗਰੀਆ ਯਾਰ, ਕਿਵੇਂ ਇਹਨਾਂ ਫਿਲਾਂ ਨੂੰ ਸਮਝੋਗੇ ਤੁਸੀਂ? ਹਾਨੀ ਫਿਲਮ ਜੀ, ਉਹਨਾਂ ਅੱਖੀਆਂ ਨੂੰ ਨੀਂਦ ਨਹੀਂ ਹੋ ਪੈਂਦੀ ਜਿਹਨਾਂ ਨੂੰ ਤਾਂਘ ਸੱਜਣਾ ਦੀ, ਤਾਂਘ ਵਰਡ ਕਿੱਥੇ ਹੈ? ਇਹ ਸਾਡੀ ਪਹਿਚਾਣ ਹੈ, ਇਹ ਸਾਡਾ ਵਿਰਸਾ ਹੈ, ਇਹ ਸਾਡੇ ਬਜ਼ੁਰਗਾਂ ਦੀਆਂ ਗੱਲਾਂ ਨੇ, ਇਹਨਾਂ ਨੂੰ ਭੁੱਲ ਕੇ ਸਾਡੀ ਪਹਿਚਾਣ ਹੀ ਖਤਮ ਹੋ ਚੁੱਕੀ। ਹਰਭਜਨ ਮਾਨ ਨਾਲ ਜਿਸ ਤਰ੍ਹਾਂ ਤੁਸੀਂ ਪਹਿਲਾਂ ਹਾਣੀ ਕੀਤੀ ਅਤੇ ਹੁਣ ਇਹ ਕੀਤੀ ਹੈ, ਉਹਨਾਂ ਨੂੰ ਡਾਇਰੈਕਸ਼ਨ ਦੇਣ ਵੇਲੇ ਖਾਸ ਕਰਕੇ ਨਿਰਦੇਸ਼ ਕਿਸ ਤਰ੍ਹਾਂ ਤੋਂ ਲੱਗਿਆ, ਕਿਸ ਤਰ੍ਹਾਂ ਦਾ ਮਹਿਸੂਸ ਕੀਤਾ? ਹਾਣੀ ਵੇਲੇ ਮੇਰੇ ਕੋਲ ਆਏ ਸਰ ਜੀ ਚੀਮਾ ਔਰ ਹਰਭਜਨ ਮਾਨ ਜੀ, ਅਸੀਂ ਬੈਠੇ ਸੀ, ਕੋਸਟਿਊਮ ਦਾ ਕੁਛ ਕਰ ਰਹੇ ਸੀ ਡਿਸਕਸ, ਲੁਧਿਆਣੇ ਦੀ ਗੱਲ ਹੈ, ਅਤੇ ਮੈਂ ਕੋਸਟਿਊਮ ਦਾ ਡਿਜ਼ਾਇਨਰ ਸੀਗੀ ਜੋ ਲੜਕੀ ਬਹੁਤ ਟੈਲੈਂਟਡ ਹੈ ਦਿਲਪ੍ਰੀਤ, ਅਸੀਂ ਬੈਠੇ ਗੱਲਾਂ ਕਰ ਰਹੇ ਸੀ, ਮੈਂ ਕਹਿੰਦਾ ਹਰਭਜਨ ਹਰਭਜਨ ਨਹੀਂ ਲੱਗਣਾ ਚਾਹੀਦਾ, ਚੀਮਾ ਚੀਮਾ ਨਹੀਂ ਲੱਗਣਾ ਚਾਹੀਦਾ। ਮੈਨੂੰ ਇਹ ਦੋਨੇ ਹੱਸਣ ਲੱਗ ਗਿਆ ਜੀ, ਫਿਰ ਸਾਨੂੰ ਲੈ ਕਿਉਂ ਰਹੇ ਹੋ? ਮੈਂ ਕਿਹਾ ਲੈ ਇਸ ਲਈ, ਫਿਲਮ ਦਾ ਅਸੂਲ ਕੀ ਹੁੰਦਾ? ਜਿਵੇਂ ਤੁਸੀਂ ਮੈਥੋਂ ਅਲੱਗ ਹੋ, ਮੈਂ ਤੁਹਾਥੋਂ ਅਲੱਗ ਹੈ, ਇਹ ਆਪਾਂ ਤੋਂ ਅਲੱਗ ਨੇ, ਹਰ ਬੰਦਾ ਅਲੱਗ ਅਲੱਗ ਹੈ। ਜਦੋਂ ਅਸੀਂ ਫਿਲਮ ਦੇ ਵਿੱਚ ਕਰੈਕਟਰਾਂ ਨੂੰ ਚਿੱਤਰਦੇ ਕਿ ਉਹ ਅੱਡ ਅੱਡ ਨਹੀਂ ਹੋਣੇ ਚਾਹੀਦੇ, ਇੱਕ ਬੰਦਾ ਜੇ ਹਰਭਜਨ 10 ਫਿਲਮਾਂ 'ਚ ਕੰਮ ਕਰ ਰਿਹਾ, ਮੇਰੇ ਹਿਸਾਬ ਨਾਲ ਉਹ 10 ਫਿਲਮਾਂ 'ਚ ਅੱਡ ਹੋਣਾ ਚਾਹੀਦਾ, ਕਿਉਂਕਿ ਉਹ ਇੱਕ ਹੋਰ ਕਰੈਕਟਰ ਹੈ। ਹਾਨੀ ਦੇ ਵਿੱਚ ਉਹ ਰਣਜੀਤ ਸਿੰਘ ਸੀ, ਇਸ ਫਿਲਮ 'ਚ ਕੋਈ ਹੋਰ ਹੈ, ਜੈ ਸਿੰਘ ਹੈ, ਤਾਂ ਦੋਨਾਂ ਦੇ ਵਿੱਚ ਫਰਕ ਨਜ਼ਰ ਆਉਣਾ ਚਾਹੀਦਾ, ਪੈਰਾ ਵਿੱਚ, ਬੋਲਣ 'ਚ, ਗੱਲ ਕਰਨ 'ਚ। ਹਰਭਜਨ ਨੂੰ ਪਹਿਲੇ ਦਿਨ ਮੈਂ ਇਹ ਗੱਲ ਕੀਤੀ ਸੀ, ਮੈਂ ਵਰਕਸ਼ਾਪ ਕੀਤੀ ਉਸ ਫਿਲਮ 'ਚ ਵੀ, ਇਸ ਫਿਲਮ 'ਚ ਵੀ, ਤੁਸੀਂ ਵੇਖੋਗੇ ਹਰਭਜਨ ਨਾ ਤਾਂ ਹਰਭਜਨ ਵਾਂਗੂ ਤੁਰੂਗਾ, ਨਾ ਬੋਲੂਗਾ, ਨਾ ਉਹਦੇ ਪੌਜ਼ਸ ਉਹ ਹੋਣਗੇ, ਨਾ ਬੈਠੂਗਾ, ਨਾ ਉਹਦਾ ਐਟੀਟਿਊਡ ਉਹ ਹੋਊਗਾ। ਔਰ ਇਹ ਮੈਂ ਕਹੂੰਗਾ ਉਹਦੀ ਤਾਰੀਫ ਪਿੱਠ ਪਿੱਛੇ ਵਾਲੀ ਗੱਲ ਨਹੀਂ, ਫੁੱਲ ਡੈਡੀਕੇਸ਼ਨ ਨਾਲ, ਫੁੱਲ ਮਿਹਨਤ ਨਾਲ, ਜਿਵੇਂ ਕਿਹਾ ਉਵੇਂ ਕੀਤਾ ਵਿਚਾਰੇ ਨੇ, ਔਰ ਤੁਹਾਨੂੰ ਫਿਲਮ 'ਚ ਉਹਦਾ ਰਿਜ਼ਲਟ ਨਜ਼ਰ ਆਊਗਾ, ਨਤੀਜਾ ਤੁਹਾਨੂੰ ਲੱਗੂ, ਹਾਂ ਯਾਰ ਕਿਆ ਬਾਤ ਹੈ, ਹਰਭਜਨ ਮਾਨ ਤਾਂ ਕੁਛ ਹੋਰ ਹੀ ਲੱਗ ਰਿਹਾ ਇਹ 'ਚ। ਪਹਿਲੀ ਸ਼ਰਤ ਇਹ ਹੁੰਦੀ ਹੈ ਕਿ ਉਸ ਬੰਦੇ ਨੂੰ ਉਹ ਲੱਗਣ ਨਾ ਦਿਓ ਫਿਲਮ 'ਚ, ਦੂਜੀ ਸ਼ਰਤ ਹੁੰਦੀ ਹੈ ਉਹਨੂੰ ਉਹ ਬਣਾਓ ਜੋ ਤੁਹਾਡੇ ਦਿਮਾਗ 'ਚ ਚਿਤਰਿਆ ਹੋਇਆ ਕਰੈਕਟਰ, ਉਹ ਹੀ ਲੱਗਿਆ ਇਹ 'ਚ। ਕਿਸ ਤਰ੍ਹਾਂ ਹੀ ਲੱਗਦਾ ਜਿਵੇਂ ਹੁਣ ਪੰਜਾਬੀ ਫਿਲਮਾਂ ਨੂੰ ਆਪਾਂ ਬੜਾਵਾ ਦੇਣ ਖਾਤਰ, ਜਿਵੇਂ ਖਾਸ ਕਰਕੇ ਸਾਊਥ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੂੰ, ਉਹਨਾਂ ਤੋਂ ਉੱਥੋਂ ਦੀ ਸਰਕਾਰਾਂ ਨੇ
ਉਹ ਵਾਕਿਆ ਤਾਂ ਉਹਨਾਂ ਰੱਖਿਆ ਵੀ ਇੰਨੇ ਦਿਨ 'ਚ ਮੈਂ ਜਿਹੜੀ ਹੈਗੀ ਆ ਆਹ ਫਿਲਮ 2 ਦਿਨ ਲੱਗਣੀ ਹੀ ਲੱਗਣੀ ਹੈ ਅਤੇ ਇਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਤੁਸੀਂ ਨਹੀਂ ਚਾਹੁੰਦੇ ਵੀ ਹੋਵੇ ਮੈਨੂੰ ਲੱਗਦਾ ਹੋਣਾ ਚਾਹੀਦਾ ਹੈ ਇਹ ਇਸ ਚੀਜ਼ ਦਾ ਗਵਰਨਮੈਂਟ ਨੂੰ ਜ਼ਰੂਰ ਇਨੀਸ਼ੀਏਟਿਵ ਲੈਣਾ ਚਾਹੀਦਾ ਮਹਾਰਾਸ਼ਟਰ 'ਚ ਵੀ ਹੋ ਗਿਆ ਮੈਂ ਉੱਥੇ ਰਹਿੰਦਾ ਮੁੰਬਈ ਉੱਥੇ ਹਰ ਮਲਟੀਪਲੈਕਸ ਦੇ ਵਿੱਚ ਹੈ ਕਿ ਇੰਨੇ ਸ਼ੋਅ ਘੱਟੋ ਘੱਟ ਕੋਈ ਵੀ ਮਰਾਠੀ ਫਿਲਮ ਉਹਨੂੰ ਮਿਲਣੇ ਹੀ ਚਾਹੀਦੇ ਨੇ ਇਸ ਤਰ੍ਹਾਂ ਇਹ ਗਵਰਨਮੈਂਟ ਲੈਵਲ ਦੇ ਕੁਛ ਟੈਕਸ ਵੱਲੋਂ ਵੀ ਹਰ ਚੀਜ਼ ਦੇ ਵੱਲੋਂ ਕੀ ਹੈ ਕਿ ਜ਼ੁਬਾਨ ਨੂੰ ਮੇਰੀ ਇਕੱਲੇ ਦੀ ਨਹੀਂ ਬਾਈ ਜੀ ਤੁਹਾਡੀ ਵੀ ਹੈ ਮੇਰੀ ਵੀ ਹੈ ਗਵਰਨਮੈਂਟ ਦੀ ਵੀ ਹੈ ਸਾਨੂੰ ਰਲ ਮਿਲ ਕੇ ਇਹਨੂੰ ਸੰਭਾਲਣਾ ਪਊਗਾ ਪਰ ਕਈ ਵਾਰੀ ਨਾ ਸਾਡੇ ਜਿਹੜੇ ਪ੍ਰੋਡਿਊਸਰ ਡਾਇਰੈਕਟਰ ਨੇ ਉਹ ਵੀ ਕਰ ਲੱਗ ਜਾਂਦੇ ਨੇ ਕਿਸੇ ਟਾਈਮ ਪੰਜਾਬ ਸਰਕਾਰ ਨੇ ਪਾਲਿਸੀ ਬਣਾਈ ਸੀ ਕਿ ਪੰਜਾਬੀ ਫਿਲਮ ਬਣਾਉਣ ਵਾਲੇ 12 ਲੱਖ ਰੁਪਏ ਸਬਸਿਡੀ ਦਿੱਤੀ ਜਾਂਦੀ ਸੀ ਪਰ ਉਹਦੇ ਵਿੱਚ ਕੁਝ ਅਜਿਹੇ ਨਿਰਮਾਤਾ ਨਿਰਦੇਸ਼ਕ ਆ ਗਏ ਸਾਰੇ ਹਾਂ ਜਿਨ੍ਹਾਂ ਨੇ 6 ਲੱਖ ਰੁਪਏ ਦੀ ਫਿਲਮ ਬਣਾਈ ਤੇ 6 ਲੱਖ ਜੇਬ ਚੋਂ ਬਣਾਉਂਦੇ ਸਮਝਦਾਰੀ ਨਾਲ ਕੁਝ ਪਾਲਿਸੀਆਂ ਲਾਗੂ ਕਰਨੀਆਂ ਪੈਣਗੀਆਂ ਦੇਖੋ ਅੱਜ ਵੀ ਤੁਸੀਂ ਕੋਈ ਇਸ ਤਰ੍ਹਾਂ ਦੀ ਪਾਲਿਸੀ ਲਿਆਓਗੇ ਤਾਂ ਇਹਦੇ 'ਚ ਕਰਪਸ਼ਨ ਦੀ ਬਹੁਤ ਉਮੀਦ ਹੈ ਤੁਸੀਂ ਪਾਲਿਸੀ ਇਹੋ ਜਿਹੀ ਲੈ ਕੇ ਆਓ ਜਿਹਦੇ ਵਿੱਚ ਕਰਪਸ਼ਨ ਦੀ ਕੋਈ ਉਮੀਦ ਨਾ ਹੋਵੇ ਨਾ ਉਹ ਰਸਤਾ ਕੱਢ ਸਕਣ ਉਹ ਤੁਹਾਨੂੰ ਸਮਝਦਾਰੀ ਨਾਲ ਲਿਆਉਣੀ ਪਊਗੀ ਕਿਉਂਕਿ ਸਬਸਿਡੀ ਦੇਵਾਂਗੇ ਤਾਂ ਇਹੀ ਹੋਊਗਾ ਤੁਸੀਂ ਬਹੁਤ ਸਾਰੀਆਂ ਗੱਲਾਂ ਨੇ ਕਿ ਫਿਲਮ ਦੇ ਵਿੱਚ ਪੰਜਾਬੀ ਫਿਲਮ ਦਾ ਟੈਕਸ ਦੇ ਵੱਲੋਂ ਜੋ ਮਲਟੀਪਲੈਕਸਿਸ ਦੇ ਵਿੱਚ ਕੱਟੇ ਜਾਂਦੇ ਨੇ ਉਸ ਲੈਵਲ 'ਤੇ ਕੁਛ ਹੋਰ ਗੱਲਾਂ 'ਚ ਰਿਆਇਤ ਦਿਓ ਜਿਹੜੀ ਕਿ ਫਿਲਮ ਦੀ ਕੁਆਲਿਟੀ ਨਾਲ ਜੁੜੀ ਹੋਵੇ ਕੱਲ੍ਹ ਨੂੰ ਜਿਵੇਂ ਤੁਸੀਂ ਕਹਿਣਾ ਹੁਣ ਜਿਹੜੇ 12 'ਚੋਂ ਜਦੋਂ 12 6 'ਚ ਬਣਦੀਆਂ ਸੀ ਹੁਣ 6 'ਚ ਕੋਈ ਕੀ ਗੰਜੀ ਨਾਲ ਉਹ ਤੇ ਕੀ ਨਿਚੋੜ ਦੂ ਵਾਲੀ ਗੱਲ ਹੈ ਕੀ ਤੁਸੀਂ ਉਹ 'ਚੋਂ ਕੱਢ ਲਉਂਗੇ ਚਲੋ ਉਦੋਂ ਤਾਂ ਜਿਹੜਾ ਹੈਗਾ ਯੁੱਗ ਇਸ ਤਰ੍ਹਾਂ ਦਾ ਸੀ ਨਾ ਹੁਣ ਤਾਂ ਨਹੀਂ ਗੱਲ ਹੁਣ ਵੀ ਉਹੀ ਹੋ ਸਕਦਾ ਜੀ ਲੰਡਨ 'ਚ ਸਬਸਿਡੀ ਦਿੰਦੇ ਸੀ ਇੰਗਲੈਂਡ ਵਾਲੇ ਹਿੰਦੀ ਫਿਲਮਾਂ ਵਾਲੇ 120 ਫਿਲਮਾਂ ਸ਼ੂਟ ਹੋ ਗਈਆਂ ਸੀ ਉੱਥੇ ਤੁਸੀਂ ਪਾਲਿਸੀ ਇਸ ਤਰ੍ਹਾਂ ਦੀ ਲੈ ਕੇ ਆਓ ਜਿਹਦਾ ਬੈਨੀਫਿਟ ਜਿਵੇਂ ਮੈਂ ਕਿਹਾ ਤੁਸੀਂ ਫਿਲਮ ਦੀ ਕੁਆਲਿਟੀ ਨਾਲ ਜੋੜ ਦਿਓ ਉਸ ਪਾਲਿਸੀ ਨੂੰ ਕਿ ਫਿਲਮ ਚੰਗੀ ਤਾਂ ਉਹਨੂੰ ਬੈਨੀਫਿਟ ਮਿਲੇ ਨਹੀਂ ਤਾਂ ਨਾ ਹੀ ਮਿਲੇ ਗੁੱਡ ਅਦਰਵਾਈਜ਼ ਤਾਂ ਇਸ ਤਰ੍ਹਾਂ ਦੇ ਲੋਕ ਹੀ ਫਾਇਦਾ ਉਠਾਉਣਗੇ ਕਿਉਂਕਿ ਚੰਗੇ ਬੰਦੇ ਨੇ ਤਾਂ ਇਧਰਲੇ ਪਾਸੇ ਤੁਰਨਾ ਹੀ ਨਹੀਂ ਹੁਣ ਮੈਨੂੰ ਸੀ ਮੈਂ ਬੁਲਗਾਰੀਆ 'ਚ ਸ਼ੂਟ ਕੀਤੀ ਕਾਫਲਾ ਉਦੋਂ ਲੰਡਨ ਵਾਲੇ ਸਬਸਿਡੀ ਦਿੰਦੇ ਸੀ ਮੈਨੂੰ ਬੜੇ ਲੋਕਾਂ ਨੇ ਕਿਹਾ ਤੁਸੀਂ ਉੱਥੇ ਕਿਉਂ ਨਹੀਂ ਜਾਂਦੇ ਜੀ ਉਹ ਮੈਂ ਕਿਹਾ ਯਾਰ ਮੇਰੀ ਅਟੈਨਸ਼ਨ ਸਬਸਿਡੀ ਲੈਣਾ ਨਹੀਂ ਮੇਰੀ ਅਟੈਨਸ਼ਨ ਚੰਗੀ ਫਿਲਮ ਬਣਾਉਣਾ ਨਹੀਂ ਕਈ ਦੇਸ਼ਾਂ 'ਚ ਹੈਗਾ ਆਪਣੇ ਉਹਨੂੰ ਸੈਰ ਸਪਾਟੇ ਨੂੰ ਪ੍ਰਮੋਟ ਕਰਨ ਲਈ ਉਹ ਸਬਸਿਡੀ ਦਿੰਦੇ ਨੇ ਉਹ ਦਿੰਦੇ ਇਸੇ ਲਈ ਪਰ ਸਾਡੇ ਬੰਦੇ ਗਲਤ ਫਾਇਦਾ ਉਠਾਉਂਦੇ ਨੇ ਪਰ ਇੱਥੇ ਵੀ ਇਸ ਤਰ੍ਹਾਂ ਤੁਸੀਂ ਮੰਗ ਕਰੋਗੇ ਵੀ ਪੰਜਾਬ ਦੇ ਵਿੱਚ ਜਿਹੜੀ ਜਿੰਨੀ 60% ਜਾਂ 75% ਕੋਈ ਸ਼ੂਟਿੰਗ ਹੋਵੇ ਤਾਂ ਪੰਜਾਬ ਸਰਕਾਰ ਉਹਦਾ ਕੋਈ ਸਬਸਿਡੀ ਦੇਵੇ ਮੈਂ ਪਤਾ ਕਿਉਂ ਕਹਿ ਰਿਹਾ ਉਜਲਾ ਸਾਹਿਬ ਇਹਦਾ ਮਸਲਾ ਗੜਬੜ ਹੋ ਜੂ ਇਹਦੇ ਨਾਲ ਉਹੀ ਬੰਦੇ ਸਾਰੀ ਇੱਥੇ ਬਣਾਉਣ ਲੱਗ ਜਾਣਗੇ ਉਹ ਸਬਸਿਡੀ ਲੈ ਕੇ ਬਕਵਾਸ ਫਿਲਮ ਬਣਾ ਦਿਆ ਕਰਨਗੇ ਅੱਛਾ ਤੁਸੀਂ ਫਿਲਮ ਦੀ ਕੁਆਲਿਟੀ ਨਾਲ ਜੋੜੋ ਸਬਸਿਡੀ ਨੂੰ ਜਾਂ ਕਿਸੇ ਵੀ ਚੀਜ਼ ਨੂੰ ਜੋੜਨਾ ਉਹ ਗਵਰਨਮੈਂਟ ਦਾ ਕੰਮ ਹੈ ਕਿ ਉਹਦੀ ਕੁਆਲਿਟੀ ਨਾਲ ਜੋੜੋ ਤਾਂ ਜੋ ਗਲਤ ਲੋਕ ਵਿੱਚ ਨਾ ਵੜਨ ਫਿਰ ਪਤਾ ਕੀ ਕਰਨਗੇ ਜਿੰਨੀ ਸਬਸਿਡੀ ਹੈ ਉਸ ਤੋਂ 20 ਪੈਸੇ ਘੱਟ ਦੀ ਫਿਲਮ ਬਣਾ ਦਿਓ ਸਬਸਿਡੀ 'ਤੇ ਜੋ 20 ਪੈਸੇ ਕਮਾਈ ਦੀ ਕਮਾ ਲਓ ਬਾਕੀ ਸਿੱਟੋ ਪਰ ਫਿਲਮ ਦੀ ਕੁਆਲਿਟੀ ਨਾਲ ਜੋੜ ਦਿਓ ਚੀਜ਼ ਨੂੰ ਕਿ ਜਦੋਂ ਫਿਲਮ ਚੱਲੇ ਟਿਕਟ ਦੇ ਪਿੱਛੇ ਕੁਛ ਕਰ ਦਿਓ ਚੱਲਣ ਦੇ ਵਿੱਚ ਕਰ ਦਿਓ ਟੈਕਸ ਦੇ ਪ੍ਰਤੀ ਕਰ ਦਿਓ ਸ਼ੋਅ ਸਕਰੀਨ ਦੇ ਪ੍ਰਤੀ ਕਰ ਦਿਓ ਤਾਂ ਜੋ ਫਿਲਮ ਜਿਹੜੀ ਚੰਗੀ ਆ ਉਹਨੂੰ ਬੈਨੀਫਿਟ ਮਿਲੇ ਜਿਹੜੇ ਹੁਣ ਪੰਜਾਬੀ ਸਿਨੇਮੇ ਨਾਲ ਬਾਲੀਵੁੱਡ ਦੇ ਐਕਟਰ ਜਿਵੇਂ ਲਾ ਲਓ ਹੁਣ ਆ ਰਹੇ ਅਕਸ਼ੇ ਕੁਮਾਰ ਜੀ ਆਏ ਨੇ ਧਰਮਿੰਦਰ ਆ ਰਿਹਾ ਗੋਬਿੰਦਾ ਅਤੇ ਸਰਾਨੀ ਦੀ ਵੀ ਸੁਣਨ 'ਚ ਆ ਰਿਹਾ ਇਸ ਸਟੈਪ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਮੈਨੂੰ ਲੱਗਦਾ ਸਿਨੇਮਾ ਗਰੋ ਕਰੂਗਾ ਨਾ ਜੀ ਤਾਂ ਸਾਰੇ ਅਟਰੈਕਟ ਹੁੰਦੇ ਨੇ ਔਰ ਇਹ ਨਹੀਂ ਹੋਰ ਵੀ ਬਹੁਤ ਆਉਣਗੇ ਜਿਵੇਂ ਜਿਵੇਂ ਸਾਡਾ ਸਿਨੇਮਾ ਗਰੋ ਹੁੰਦਾ ਜਾਊਗਾ ਕਿਉਂਕਿ ਕੁਝ ਚੀਜ਼ਾਂ ਸਪਲਾਈ ਅਤੇ ਡਿਮਾਂਡ ਇੱਕ ਵਰਲਡ ਦਾ ਅਸੂਲ ਹੈ ਜਿਵੇਂ ਡਿਮਾਂਡ ਵੱਧਦੀ ਹੈ ਹਰ ਕੋਈ ਬੰਦਾ ਅਟਰੈਕਟ ਹੁੰਦਾ ਤੁਹਾਡੇ ਵੱਲ ਅੱਛਾ ਇੰਨਾ ਬਿਜ਼ਨਸ ਕਰ ਗਈ ਯਾਰ ਚਲੋ ਆਪਾਂ ਵੀ ਚੱਲਦੇ ਮੈਨੂੰ ਲੱਗਦਾ ਲੋਕਾਂ ਨੂੰ ਉਹਨਾਂ ਨੂੰ ਇਸ ਤਰ੍ਹਾਂ ਕੋਈ ਖਾਸ ਰਿਐਕਟ ਕਰਨ ਦੀ ਲੋੜ ਨਹੀਂ ਹੈ ਲੋਕ ਅਗਰ ਚੰਗੀ ਫਿਲਮ ਨੂੰ ਰਿਐਕਟ ਕਰਨ ਤਾਂ ਉਹ ਸਭ ਤੋਂ ਵਧੀਆ ਗੱਲ ਹੈ ਗੌਰਮੈਂਟ ਲੋਕ ਸਭ ਤੋਂ ਵੱਧ ਤੁਸੀਂ ਮਤਲਬ ਮੀਡੀਆ ਜਦੋਂ ਅਸੀਂ ਚੰਗੀ ਚੀਜ਼ ਨੂੰ ਰਿਐਕਟ ਕਰਾਂਗੇ ਤਾਂ ਚੰਗੀ ਚੀਜ਼ ਚਾਹੇ ਕਿਸੇ ਸਾਊਥ ਇੰਡੀਅਨ ਨੇ ਬਣਾਈ ਹੈ ਚਾਹੇ ਸਾਡੇ ਆਪਦੇ ਬੰਦੇ ਨੇ ਬਣਾਈ ਹੈ ਚਾਹੇ ਕਿਸੇ ਹਿੰਦੀ ਇੰਡਸਟਰੀ ਵਾਲੇ ਨੇ ਜਾਂ ਪੰਜਾਬੀ ਇੰਡਸਟਰੀ ਵਾਲੇ ਨੇ ਜਾਂ ਇੰਗਲਿਸ਼ ਇੰਡਸਟਰੀ ਵਾਲੇ ਉਹਨੂੰ ਐਪਰੀਸ਼ੀਏਟ ਕਰੋ ਪਰ ਪਿੱਛੇ ਜਿਹੜਾ ਪੰਜਾਬੀ ਸਿਨੇਮੇ ਦਾ ਦੁਖਾਂਤ ਇਹ ਹੋਇਆ ਕਿ ਜਿਹੜਾ ਵਪਾਰਕ ਮਾਫੀਆ ਸੀ ਉਹਨੇ ਘੁਸਪੈਠ ਹੋਈ ਉਹਨਾਂ ਨੂੰ ਜਿਹੜਾ ਖੁਦ ਤਾਂ ਪਤਾ ਨਹੀਂ ਸੀ ਪ੍ਰੋਡਿਊਸਰ ਨੂੰ ਵੀ ਉਹ ਇਹ ਕੌਣ ਐਕਟਰ ਹੈ ਜੀ ਕੌਣ ਡਾਇਰੈਕਟਰ ਹੈ ਜੀ ਜੋ ਕਹਿਤਾ ਉਹੀ ਕਰ ਲਿਆ ਕੋਈ ਚੰਗਾ ਜੋ ਉਹਦੇ ਨਾਲ ਬਹੁਤ ਸਾਰੀਆਂ ਮਾੜੀਆਂ ਫਿਲਮਾਂ ਦਾ ਜਿਹੜਾ ਹੈਗਾ ਦੌਰ ਚੱਲਿਆ ਉਹ ਤਾਂ ਚੱਲੂਗਾ ਜੀ ਉਸ ਨਾਲ ਜਿਹੜਾ ਪੰਜਾਬੀ ਸਿਨੇਮਾ ਜੋ ਇੱਕ ਵਾਰੀ ਗਰੋ ਕੀਤਾ ਸੀਗਾ ਚੱਲਿਆ ਸੀਗਾ ਉਹਨੂੰ ਜ਼ਰੂਰ ਠੱਲ ਬਹੁਤ ਟਾਲ ਆਈ ਹੈ ਜੀ ਬਹੁਤ ਵੱਡੇ ਲੈਵਲ ਇਹ ਹਿੰਦੀ 'ਚ ਵੀ ਹੋ ਚੁੱਕਿਆ ਬਾਈ ਜੀ ਇੱਕ ਮਸ਼ਹੂਰ ਗੱਲ ਹੈ ਮੈਨੂੰ ਡੈਡੀ ਜੀ ਹੱਸਦੇ ਹੁੰਦੇ ਆ ਇੱਕ ਬੰਦਾ ਗਿਆ ਆਪਦੇ ਬਾਬੇ ਕੋਲ ਉਹਦਾ ਬਾਬਾ ਜੀ ਚੇਲੇ ਬਹੁਤ ਹੋ ਗਏ ਉਹਨਾਂ ਕੋਲ ਬਹੁਤ ਭੁੱਖੇ ਮਰਦੇ ਭੱਜ ਜਾਣਗੇ ਇਹ ਕੀ ਹੈ ਕਿ ਬਰਸਾਤੀ ਮੇਂਢਕ ਹੁੰਦੇ ਨੇ ਔਰ ਇਹ ਹਰ ਬਿਜ਼ਨਸ ਦੇ ਵਿੱਚ ਹੈ ਕੋਈ ਬਿਜ਼ਨਸ ਪ੍ਰੋਪਰਟੀ ਚੱਲ ਪਈ ਸੀ ਅਤੇ ਕਿੰਨੇ ਲੋਕਾਂ ਨੇ ਪ੍ਰੋਪਰਟੀਆਂ ਲੈ ਲਈਆਂ ਸੀ ਆ ਕੇ ਇਹ ਤਾਂ ਹੋਊਗਾ ਇਹਨੂੰ ਤੁਸੀਂ ਕੁਛ ਨਹੀਂ ਕਰ ਸਕਦੇ
ਇਹ ਹੋਣ ਦਿਓ, ਅੱਛੀ ਗੱਲ ਹੈ, ਚੰਗੀਆਂ ਫਿਲਮਾਂ ਉਹ ਕਹਿੰਦੇ ਨਾ ਜਦੋਂ ਨਿੱਤਰ ਕੇ ਆਪੇ ਹੀ ਚੰਗੇ ਸਾਹਮਣੇ ਆ ਜਾਣਗੇ। ਜਿਵੇਂ ਮੈਮ ਤੋਂ ਜੀ ਸਾਰੇ ਦਰਸ਼ਕ ਜਾਣਦੇ ਨੇ ਕਿ ਤੁਸੀਂ ਇੱਕ ਬਹੁਤ ਪੰਜਾਬ ਦੇ ਕਿ ਹਿੰਦੁਸਤਾਨ ਦੇ ਨਾਮ ਵਰ ਗੀਤਕਾਰ ਬਾਬੂ ਸਿੰਘ ਮਾਨ ਮਰਾੜਾ ਵਾਲੇ ਦੇ ਬੇਟੇ ਹੋ, ਅਤੇ ਉਹਨਾਂ ਤੋਂ ਵੀ ਤੁਹਾਨੂੰ ਸੇਧਾਂ ਵਗੈਰਾ ਮਿਲਦੀਆਂ ਹੋਣੀਆਂ। ਵਜੂਦ ਉਹਨਾਂ ਕਰਕੇ ਹੈ ਜੀ, ਸੋਚ ਉਹਨਾਂ ਕਰਕੇ ਹੈ, ਜਿਹੜੀ ਬੁਨਿਆਦ ਪਈ ਹੈ, ਨੀਂਹ ਰੱਖੀ ਗਈ ਹੈ, ਉਹਨਾਂ ਦੀ ਸੋਚ 'ਚੋਂ ਨਿਕਲ ਕੇ ਆਈ ਹੈ। ਔਰ ਹਮੇਸ਼ਾ ਆਪਦਾ ਮੁਕਾਮ ਤਾਂ ਬਾਅਦ 'ਚ ਬਣਿਆ, ਪਹਿਲਾਂ ਇਹੀ ਸੀ ਕਿ ਜੇ ਵਧਾਉਣ ਦੀ ਗੱਲ ਤਾਂ ਬਾਅਦ 'ਚ ਆਉਂਦੀ ਹੈ। ਉਹਨਾਂ ਨੇ ਜੋ ਇੱਕ ਮੁਕਾਮ ਜਾਂ ਇੱਕ ਨਾਂ ਬਣਾਇਆ ਹੋਇਆ ਉਹਨੂੰ ਢਾਹ ਨਾ ਲੱਗੇ, ਕੰਮ ਅਜਿਹਾ ਕਰੀਏ ਕਿ ਲੋਕ ਇਹ ਨਾ ਕਹਿਣ ਯਾਰ ਕਿਹੜੇ ਵੱਡੇ ਬੰਦੇ ਦੇ, ਵਧੀਆ ਬੰਦੇ ਦੇ, ਵਧੀਆ ਕੰਮ ਕਰਨ ਵਾਲੇ ਬੰਦੇ ਦੇ ਮੁੰਡੇ ਨੇ ਕੀ ਕੱਢ ਮਾਰਿਆ। ਤਾਂ ਕੋਸ਼ਿਸ਼ ਕੀਤੀ ਹੈ, ਸਿੱਖਿਆ ਵੀ ਬਹੁਤ ਕੁਛ ਹੈ, ਸਿੱਖਦਾ ਵੀ ਰਹਿੰਦਾ, ਗੱਲਾਂ ਦੀ ਸਾਂਝ ਪੈਂਦੀ ਰਹਿੰਦੀ ਹੈ, ਕੰਮਾਂ ਦੀ ਸਾਂਝ ਪੈਂਦੀ ਰਹਿੰਦੀ ਹੈ, ਆਹ ਕਰ ਰਿਹਾ, ਉਹਨਾਂ ਨੂੰ ਰਾਇਆਂ ਵੀ ਮਿਲਦੀਆਂ ਰਹਿੰਦੀਆਂ ਨੇ, ਡਿਸਕਸ ਵੀ ਹੁੰਦਾ ਰਹਿੰਦਾ। ਅਤੇ ਗਦਾਰ ਤੋਂ ਬਾਅਦ ਕੋਈ ਜੈਨ ਦੇ ਵਿੱਚ ਕੋਈ ਦੋ ਤਿੰਨ ਨੇ ਲੱਗੇ ਹੋਏ, ਹੋਰ ਕਰਨਾ ਵੀ ਕੀ? ਅੱਛਾ, ਪੰਜਾਬ ਮੇਰਾ ਹਾਲ ਵਾਹੁਣਾ ਤਾਂ ਇਹੀ ਹੈ, ਪੰਜਾਬੀ ਪ੍ਰੋਜੈਕਟ ਇੱਕ, ਦੋ ਹਿੰਦੀ ਵੀ ਹੈਗੇ ਨੇ, ਦੋ ਪੰਜਾਬੀ ਵੀ ਹੈਗੇ ਨੇ। ਕੀ ਹੈ ਕਿ ਸਬਜੈਕਟਾਂ ਦਾ ਪ੍ਰੋਸੈਸ ਹੁੰਦਾ ਇੱਕ, ਇਹਨੂੰ ਉਨਾ ਟਾਈਮ ਦੇਣਾ ਚਾਹੀਦਾ, ਡਿਵੈਲਪ ਕਰਦਿਆਂ 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 ਫਿਰ ਬਣਦੀ ਹੈ ਗੱਲ ਜਾ ਕੇ, ਦੋਵਾਂ ਕਿਤੇ ਲੱਗੇ ਹੋਏ, ਅਤੇ ਜਦੋਂ ਆਵਾਂਗੇ ਫਿਰ ਵਧੀਆ ਹੀ ਆਵਾਂਗੇ, ਤੁਹਾਨੂੰ ਵੇਖ ਕੇ ਜ਼ਰੂਰ ਲੱਗੂਗਾ ਕਿ ਸਾਡੇ ਮੁੰਡੇ ਨੇ ਚੰਗਾ ਕੰਮ ਕੀਤਾ। ਚਲੋ ਸ਼ੁਕਰੀਆ ਜੀ, ਇਹ ਸਨ ਸਾਡੇ ਨਾਲ ਅਮਿਤੋ ਜਮਾਨ ਜੀ, ਜੋ ਆਪਣੀ ਫਿਲਮ ਗਦਾਰ ਜੋ ਉਹਨਾਂ ਦੀ ਆਉਣੀ ਹੈ ਉਹਦੇ ਬਾਰੇ ਗੱਲ ਕਰ ਰਹੇ ਸੀ, ਅਤੇ ਆਪਣੇ ਫਿਲਮੀ ਸਫ਼ਰ ਬਾਰੇ ਗੱਲ ਕੀਤੀ ਹੈ। ਧੰਨਵਾਦ ਜੀ, ਸ਼ੁਕਰੀਆ ਵੈਰੀ ਮਚ, ਥੈਂਕ ਯੂ ਵੈਰੀ ਮਚ।